जदों जिंदगी तुहानू कोई झटका दिंदी है तां तुहाडा हर फैसला तुहाडे भविख नू प्रभावित कर सकता है। सिंह थिंद एंड एसोसीएट्स ने क्रिमिनल आईसीबीसी अते इमीग्रेशन केसिस विच तुहाडे जिहे कई लोगों के हकों की राखी की है। इन्हां नू सुप्रीम कोर्ट ऑफ कैनेडा तक वड्डे केसां की पैरवी करन दा तजर्बा है। हैलो, आई एम अमनदीप सिंह एंड आई एम जस्टिन थिंद, योर लॉयर्स बिकॉज वी केयर। 604-543-3886 ते फोन करो। Once again, welcome back to the program. ਅੱਜ ਦੇ ਸਪਿਰਚੁਅਲ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਆਰਟ ਆਫ ਲਿਵਿੰਗ ਤੋਂ ਆਏ ਸਾਡੇ ਦੋ ਮਹਿਮਾਨ, ਰਵਿੰਦਰ ਵਿਰਕ ਅਤੇ ਕਲਪਨਾ ਮਾਗਟ। ਅੱਜ ਅਸੀਂ ਦੇਖ ਰਹੇ ਹਾਂ ਕਿ ਧਰਮ ਦਾ ਤਾਂ ਮਕਸਦ ਸੀ ਕਿ ਇਨਸਾਨ ਨੂੰ ਜੋੜਦਾ, ਸਾਂਝੀ ਵਾਲਤਾ ਦਾ ਮੈਸੇਜ ਦਿੱਤਾ ਗਿਆ ਸੀ, ਪਰ ਅੱਜ ਧਰਮ ਦੇ ਨਾਂ ਦੇ ਉੱਤੇ ਜਿਸ ਤਰੀਕੇ ਨਾਲ ਅੱਜ ਬਰਬਾਦੀ ਹੋ ਰਹੀ ਹੈ ਬਹੁਤ ਥਾਵਾਂ ਦੇ ਉੱਤੇ, ਇਹ ਬੜਾ ਚਿੰਤਾ ਦਾ ਵਿਸ਼ਾ ਹੈ। ਲਵ, ਕੰਪੈਸ਼ਨ ਅਤੇ ਕਿਵੇਂ ਸਪਿਰਚੁਅਲਿਟੀ ਦਾ ਕੀ ਸੰਬੰਧ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕਦੇ ਹਾਂ। ਸਵਾਗਤ ਕਰਦੇ ਹਾਂ ਰਵਿੰਦਰ ਵਿਰਕ ਅਤੇ ਕਲਪਨਾ ਮਾਗਟ ਦਾ। ਜੀ ਆਨੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ, ਥੈਂਕ ਯੂ। ਸਰਵਿੰਦਰ, ਤੁਹਾਡੇ ਤੋਂ ਸ਼ੁਰੂ ਕਰਦੇ, ਥੋੜ੍ਹਾ ਜਿਹਾ ਦੱਸੋ ਕਿ ਆਰਟ ਆਫ ਲਿਵਿੰਗ ਸੰਸਥਾ ਨਾਲ ਤੁਸੀਂ ਕਦੋਂ ਤੋਂ ਜੁੜੇ ਅਤੇ ਸੰਸਥਾ ਅਸਲ ਵਿੱਚ ਹੈ ਕੀ ਹੈ? ਦੇਖੋ ਹਰਪ੍ਰੀਤ ਜੀ, ਆਰਟ ਆਫ ਲਿਵਿੰਗ 30+ ਈਅਰਸ ਪੁਰਾਣੀ ਸੰਸਥਾ ਹੈਗੀ ਹੈ ਜੀ। ਇਹਨਾਂ ਦੇ ਜਿਹੜੇ ਫਾਊਂਡਰ ਨੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ, ਕਾਫੀ ਨੋਨ ਪਰਸਨੈਲਿਟੀ ਨੇ, ਉਹ ਫਾਊਂਡਰ ਨੇ, ਉਹਨਾਂ ਨੇ ਫਾਊਂਡ ਕੀਤੀ ਸੀਗੀ 1982 ਦੇ ਵਿੱਚ ਜੀ। ਸੋ ਬੇਸਿਕਲੀ ਉਹਨਾਂ ਦਾ ਜਿਹੜਾ ਇੱਕ ਸਿੰਪਲ ਵਿਜ਼ਨ ਸੀਗਾ ਕਿ ਹਰ ਇੱਕ ਇਨਸਾਨ ਦੇ ਚਿਹਰੇ ਤੋਂ ਇੱਕ ਮੁਸਕਾਨ ਲਿਆਈ ਜਾਵੇ, ਔਰ ਜਿਹੜੀ ਕਮਿਊਨਿਟੀ 'ਚੋਂ ਰਹਿੰਦਾ ਉਹਦੇ ਵਿੱਚੋਂ ਆਪਣੇ ਆਪ ਨੂੰ ਕੰਪਲੀਟਲੀ ਫੁਲਫਿਲ ਕਰਕੇ ਰਹਿ ਸਕੇ ਅਤੇ ਇੱਕ ਸਟ੍ਰੈਸ ਫਰੀ ਜੀਵਨ ਜੀਵੇ ਅਤੇ ਵਾਇਲੈਂਸ ਫਰੀ ਸੁਸਾਇਟੀ ਨੂੰ ਕ੍ਰੀਏਟ ਕਰੇ, ਇੱਕ ਸਿੰਪਲ ਜਿਹਾ ਵਿਜ਼ਨ ਸੀਗਾ। ਸੋ ਉਹ ਆਪਣੇ ਐਜੂਕੇਸ਼ਨਲ ਪ੍ਰੋਗਰਾਮਸ ਦੇ ਨਾਲ ਅਤੇ ਆਪਣੇ ਹੋਰ ਕਈ ਐਫਰਟਸ ਦੇ ਨਾਲ ਉਹ ਇਸ ਮੈਸੇਜ ਨੂੰ ਸਾਰੀ ਦੁਨੀਆ ਦੇ ਵਿੱਚ ਸਪਰੈਡ ਕਰ ਰਹੇ ਨੇ। ਮੋਰ ਦੈਨ 160 ਕੰਟਰੀਜ਼ ਦੇ ਵਿੱਚ ਅੱਜ ਇਹ ਪ੍ਰੈਜੈਂਸ ਹੈਗੀ ਹੈ ਇਹਨਾਂ ਦੀ, ਐਂਡ ਵਿਦਇਨ 30 ਈਅਰਸ ਇਹ ਚੀਜ਼ ਨੂੰ ਕਰਨਾ ਇਸ ਤਾਂ ਹੀ ਪੋਸੀਬਲ ਹੈ ਕਿ ਜੇ ਤੁਹਾਡੇ ਅੰਦਰੋਂ, ਮਤਲਬ ਤੁਸੀਂ ਇਹੋ ਜਿਹੇ ਇਨਸਾਨ ਖੜੇ ਕੀਤੇ ਹੋਣ ਜਿਹੜੇ ਵਾਲੰਟੀਅਰ ਬਣ ਕੇ ਆਪਣੇ ਆਪ ਇਹ ਚੀਜ਼ ਨੂੰ ਕਰਦੇ ਰਹੇ ਹੋ। ਸੋ ਤੁਹਾਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ, ਇੰਨਾ ਸਾਰਾ ਕੁਝ ਜਿਹੜਾ ਕੰਮ ਹੋਇਆ, ਵਾਟ ਇਨਸਪਾਇਰਡ ਯੂ? ਬੇਸਿਕਲੀ ਇੰਸਪੀਰੇਸ਼ਨ ਤਾਂ ਅੰਦਰੋਂ ਇੱਕਦਮ ਨਿਕਲ ਕੇ ਤਾਂ ਹੀ ਆਈ ਜਦੋਂ ਥੋੜ੍ਹੀ ਜਿਹੀ ਸਟ੍ਰੈਸ ਘਟੀ। ਰਾਈਟ। ਸੋ ਮੈਨੂੰ ਪਹਿਲਾਂ ਇੰਨੀ ਅਵੇਅਰਨੈਸ ਨਹੀਂ ਸੀਗੀ ਕਿ ਮੈਂ ਇੰਨੀ ਸਟ੍ਰੈਸ ਨਾਲ ਜ਼ਿੰਦਗੀ ਜੀ ਰਿਹਾ। ਠੀਕ। ਆਈ ਵਾਜ਼ ਅ ਸਕਸੈਸਫੁਲ, ਟੈਕਨੀਕਲੀ ਸਕਸੈਸਫੁਲ ਕਾਰਪੋਰੇਟ ਮੈਨੇਜਰ, ਅਤੇ ਪਰ ਅੰਦਰੋਂ ਮੈਂ ਕਿੰਨਾ ਬਰਨਟ ਆਊਟ ਹੋਇਆ ਪਿਆ ਸੀਗਾ, ਕਿੰਨੀ ਸਟ੍ਰੈਸ ਲੈ ਕੇ ਜੀ ਰਿਹਾ ਸੀ। ਉਹ ਹੌਲੀ ਹੌਲੀ ਜਦੋਂ ਫਿਰ ਉਹ ਘਟਿਆ ਅਤੇ ਇਨਵੋਲਵਮੈਂਟ ਵਧੀ ਅਤੇ ਫਿਰ ਕਾਫੀ ਕੁਛ ਕਰਨ 'ਤੇ ਦਿਲ ਕੀਤਾ। ਸੋ ਯੂ ਨੋ, ਵਨ ਥਿੰਗ ਲੈਡ ਟੂ ਅਨਦਰ। ਵੰਡਰਫੁਲ। ਕਲਪਨਾ ਜੀ, ਤੁਸੀਂ ਕਦੋਂ ਤੋਂ ਇਨਵੋਲਵ ਹੋ ਆਰਟ ਆਫ ਲਿਵਿੰਗ ਨਾਲ, ਅਤੇ ਅਗੇਨ ਤੁਹਾਨੂੰ ਕਿਸ ਚੀਜ਼ ਨੇ ਇਨਸਪਾਇਰ ਕੀਤਾ? ਹਾਂਜੀ, ਮੈਨੂੰ ਹੁਣ 10 ਸਾਲ ਹੋ ਗਏ ਇਨਵੋਲਵ ਹੋਏ ਨੂੰ। ਮੇਰੀ ਵੀ ਸ਼ੁਰੂਆਤ ਹੋਈ ਸੀਗੀ ਫ੍ਰਾਂਚਿਸ ਟੋਲਡ ਮੀ ਅਬਾਊਟ ਦ ਪ੍ਰੋਗਰਾਮ, ਅਤੇ ਉਹਨਾਂ ਨੇ ਕਿਹਾ ਸੀ ਕਿ ਥੋੜ੍ਹਾ ਜਿਹਾ ਯੋਗਾ ਹੈਗਾ, ਮੈਡੀਟੇਸ਼ਨ, ਬਰੀਦਿੰਗ, ਅਤੇ ਆਈ ਓਨਲੀ ਰੀਲੀ ਨਿਊ ਅਬਾਊਟ ਯੋਗਾ, ਐਂਡ ਸੋ ਈਵਨ ਦੈਨ ਆਈ ਵਾਜ਼ ਨੋਟ ਕਨਵਿੰਸਡ, ਐਂਡ ਬਟ ਐਨੀਵੇਜ਼ ਆਈ ਡਿਸਾਈਡਡ ਟੂ ਟਰਾਈ ਇਟ, ਐਂਡ ਉਹਨਾਂ ਨੇ ਕਿਹਾ ਸੀ ਨਾ ਬਹੁਤ ਵਧੀਆ ਪ੍ਰੋਗਰਾਮ ਹੈਗਾ, ਇਟਸ ਵੈਰੀ ਟ੍ਰਾਂਸਫੋਰਮਿੰਗ, ਉਹਨਾਂ ਦਾ ਕਾਫੀ ਵਧੀਆ ਐਕਸਪੀਰੀਅੰਸ ਸੀਗਾ। ਸੇ ਫਿਰ ਸਾਡੀ ਟੀਚਰ ਆਈ ਸੀ ਕੋਈ ਲੋਕਲ ਵੈਂਕੂਵਰ 'ਚ, ਐਂਡ ਸੋ ਆਈ ਡਿਡ ਦ ਪ੍ਰੋਗਰਾਮ, ਐਂਡ ਫੋਰ ਮੀ ਵਾਜ਼ ਵੈਰੀ ਇੰਸਪਾਇਰਿੰਗ। ਆਈ ਥਿੰਕ ਦ ਮੋਸਟ ਇੰਸਪਾਇਰਿੰਗ ਥਿੰਗ ਵਾਜ਼ ਜਸਟ ਐਕਚੁਲੀ ਮਾਈ ਟੀਚਰ inspired me, just the commitment he had made to, you know, give this knowledge to people, to help bring that smile on everyone's face, and right. that to me was very inspiring, that, you know, maybe I could also do that, I could also give that back. Right. Yeah. Right. Smile di jehdi tusi gal kiti, a fabricated smile nazar nahi aundi, is andaron chalak di jehdi tusi, not a plastic smile, ide bare gal karange, air hostess smile nahi tuhade kolan dekh rahe si kivein aundi hai, kyunki is di aaj zarurat hai, aaj is tarah assi dekhde ha. Yes. Aaj lekin ek fad ban gaya hai, yoga di gal karde ha ja meditation di gal karde ha, ek khaas taur te western culture vich hona jis tarike naal commercialized ho gaya hai, ode bare thode dasso ki eh sanstha vich ਇਹ ਜਿਹੜਾ ਜੈਨੂਇਨ ਸਮਾਈਲ ਦੀ ਜਿਹੜੀ ਤੁਸੀਂ ਗੱਲ ਕੀਤੀ, ਜਿਸ ਤੋਂ ਕਿ ਅਸੀਂ ਬਹੁਤ ਅੱਜ ਚਿੰਤਾ, ਸਟ੍ਰੈਸ, ਡਿਪਰੈਸ਼ਨ, ਇਹ ਚੀਜ਼ਾਂ ਨੇ ਸਾਨੂੰ ਜਕੜਿਆ ਹੋਇਆ, ਕਿਉਂਕਿ ਮਸਰੂਫ ਹੋ ਗਿਆ ਇਨਸਾਨ, ਹਰ ਇੱਕ ਕੰਮ ਵਿੱਚ ਟੈਨਸ਼ਨ ਆ ਗਈ ਹੈਗੀ, ਤਾਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਇਹ ਚੀਜ਼ ਜਦੋਂ ਇਨਸਾਨ ਵਿੱਚ ਹੋਏਗੀ, ਪਹਿਲਾਂ ਤਾਂ ਆਪਣੇ ਆਪ ਨੂੰ ਪਿਆਰ ਕਰੇਗਾ ਅਤੇ ਕਿਸੇ ਹੋਰ ਨੂੰ ਪਿਆਰ ਕਰੇਗਾ, ਇਹ ਕੰਪੈਸ਼ਨ ਦੀ ਤਾਂ ਤਦ ਹੀ ਹੋਏਗੀ ਨਾ, ਕਿ ਜੇਕਰ ਅੰਦਰੋਂ ਕੁਝ ਸੜਿਆ ਨਹੀਂ ਹੋਇਆ ਤਾਂ ਕਿਸੇ ਨੂੰ ਮਦਦ ਕਰ ਸਕੇਗਾ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਵੇਂ ਆ ਸਕਦੀਆਂ ਨੇ, ਇਹਦੇ ਮਤਲਬ ਥੋੜ੍ਹੀ ਜਿਹੀ ਗੱਲਬਾਤ ਕਰੀਏ। ਸੋ ਦੋਨਾਂ 'ਚ ਕੋਈ ਵੀ ਦੱਸੋ ਜੀ ਸਾਨੂੰ। ਬੇਸਿਕਲੀ ਤੁਸੀਂ ਜਿੱਦਾਂ ਕਿਹਾ ਕਿ ਕਮਰਸ਼ਲਾਈਜ਼ ਕਾਫੀ ਹੋਇਆ ਪਿਆ, ਯੂ ਨੋ, ਇਸੀ ਯੋਗਾ ਜਾਂ ਕੋਈ ਵੀ ਚੀਜ਼ ਜਿਹੜੀ ਕਮਰਸ਼ਲਾਈਜ਼ ਹੋਈ ਪਈ ਹੈ, ਤੁਸੀਂ ਕਿਤੇ ਜਾ ਕੇ ਇੰਟਰੈਕਟ ਕਰਦੇ ਹੋ ਬਿਜ਼ਨਸ ਵਾਸਤੇ ਵੀ, ਅਤੇ ਜਿਹੜੀ ਚੀਜ਼ ਤੁਹਾਨੂੰ ਵਾਪਸ ਮਿਲਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਤੁਹਾਡੀ ਐਕਸਪੈਕਟੇਸ਼ਨ ਹੁੰਦੀ ਹੈ, ਯੂ ਨੋ, ਗਿਵ ਐਂਡ ਟੇਕ, ਇਟਸ ਬਿਜ਼ਨਸ, ਅਨਕੰਡੀਸ਼ਨਲ ਨਹੀਂ ਰਹੇ, ਅਨਕੰਡੀਸ਼ਨਲ ਨਹੀਂ ਸੀਗੀ। ਆਰਟ ਆਫ ਲਿਵਿੰਗ ਜਿਹੜੀ ਉਹ ਇੱਥੇ ਡਿਫਰ ਕਰਦੀ ਹੈ, ਇਟਸ ਏ ਫਾਊਂਡੇਸ਼ਨ ਫਾਰਮਡ ਬਾਈ ਵਾਲੰਟੀਅਰਸ, ਰਨ ਬਾਈ ਵਾਲੰਟੀਅਰਸ, ਐਂਡ ਇਟ ਵਰਕਸ
टू फॉर्म यू नो बेसिकली ए सोसाइटी वेयर यू गो एंड वर्क इन ए वे कि थोड़े अंदरों सेवा का जो भाव है वह बाहर निकल के आवे तो वो चीज़ जदों थोड़े अंदरों निकल के आती है तो देर इज़ नो वे कि तुम ये स्माइल न रोक सको बिकॉज कोई एक्सपैक्टेशन ही नहीं हैगी सैल्फलैस सर्विस तुम कर दौ और सेवा का जोड़ा भाव है वह निकल के आता देखो जो तुम कभी गुरुद्वारे या मंदिर जाके देखो सेवा जो कर रहे होंगे ने हसते रहते हैं अंदरों पूरी मतलब उन्होंने वो खिले हुए होंगे ने देर इज़ नो एक्सपैक्टेशन जो सर्व कर रहे होंगे ने सो एक जी फाउंडेशन है उत्थे डिफर करती है और प्रैक्टिस जानू सिखाई जाए कर उस बॉडी तो लैके तो यू नो थी माइंड स्पिरिट सो दैट्स प्रोबेबली वन ऑफ द रीजन ठीक है सो की कोई सैट आइडियोलॉजी हैगी जी जिस तरह गुरुद्वारे मंदिरों के मस्जिदों में एक सैट आइडियोलॉजी जिसनों की तुम फॉलो करते हो आर्ट ऑफ लिविंग की भी कोई फिक्सड स्ट्रक्चर हैगा जिद कि तुम यू नो प्रोग्रेस करते हैं No, there's no set ideology as such. I think very much it's all based on really the breath, right? Which is something everybody has and which is something natural. And something we are all doing, but maybe we're not just doing it with awareness. And I think in the Art of Living programs, you're taught how to then, you know, use that breath so that you can decrease that stress and connect with that happiness. So, saa dinaan, tusi kehri ki connection hai ga, depression, tension, sari cheez aanda. Haanji, and we can handle that with the breath. Kime handle, kime karaya janda, ki hunda hai, matlab idhe ਉਸ ਕਿਵੇਂ ਤੁਸੀਂ ਅਵੇਅਰ ਹੋ ਸਕਦੇ ਹੋ ਕਿ ਤੁਸੀਂ ਜਿਹੜਾ ਸਾਹ ਲੈ ਰਹੇ ਹੋ ਅਸੀਂ ਗੱਲਬਾਤ ਕਰ ਰਹੇ ਹਾਂ ਸਾਹ ਨਾਲ ਚੱਲ ਰਿਹਾ ਤੇ ਤੁਹਾਡੇ ਸਰੀਰ ਚੱਲ ਰਿਹਾ ਬੋਲ ਨਿਕਲ ਰਹੇ ਨੇ ਕਿਵੇਂ ਪਤਾ ਲੱਗਦਾ ਕਿਵੇਂ ਤੁਸੀਂ ਇਸ ਨੂੰ ਅਵੇਅਰ ਹੋ ਸਕਦੇ ਹੋ ਕਿ ਤੁਸੀਂ ਸਾਹ ਕਿਵੇਂ ਲੈਣਾ ਹੈ ਇਹ ਕੋਈ ਐਕਸਰਸਾਈਜ਼ਸ ਹੁੰਦੀਆਂ ਨੇ ਕੀ ਹੁੰਦਾ ਹਾਂਜੀ ਜਿਸ ਤਰ੍ਹਾਂ ਯੂ ਨੋ ਯੋਗਾ ਚ ਕਹਿੰਦੇ ਪ੍ਰਾਣਾਯਾਮਸ ਹੁੰਦੇ ਨੇ ਹਾਂਜੀ ਦੇਰ ਸੋ ਦੇਰ ਇਸ ਡਿਫਰੈਂਟ ਟਾਈਪਸ ਆਫ ਪ੍ਰਾਣਾਯਾਮਸ ਦੈਟ ਯੂ ਲਰਨ ਐਂਡ ਹਾਊ ਟੂ ਰੀਲੀ ਯੂਜ਼ ਦ ਬ੍ਰੈਥ ਟੂ ਯੂ ਨੋ ਰੀਲੀ ਮੈਨੇਜ ਯੂਰ ਸਟ੍ਰੈਸ ਡੀਕ੍ਰੀਸ ਦ ਸਟ੍ਰੈਸ ਐਂਡ ਮੈਨੇਜ ਯੂਰ ਇਮੋਸ਼ਨਸ ਬਿਕਾਜ਼ ਦੇਰ ਇਜ਼ ਅ ਲਿੰਕ ਰਾਈਟ ਬਿਟਵੀਨ ਆਰ ਬ੍ਰੈਥ ਐਂਡ ਆਰ ਇਮੋਸ਼ਨਸ ਜੋ ਅਸੀਂ ਗੁੱਸੇ ਹੁੰਦੇ ਹਾਂ ਕਿਸ ਤਰ੍ਹਾਂ ਅਸੀਂ ਬ੍ਰੀਥ ਕਰਦੇ ਹਾਂ ਵੈਰੀ ਯੂ ਨੋ ਵੈਰੀ ਸ਼ਾਲੋ ਐਂਡ ਵੈਰੀ ਇਸ ਤਰ੍ਹਾਂ ਜਦੋਂ ਅਸੀਂ ਖੁਸ਼ ਹੁੰਦੇ ਹਾਂ ਔਰ ਰਿਲੈਕਸਡ ਸਾਡੀ ਬ੍ਰੈਥ ਯੂ ਨੋ ਇਟਸ ਵੈਰੀ ਲੌਂਗ ਇਟਸ ਲਾਈਕ ਯੂ ਨੋ ਲਾਈਕ ਯੂ ਵੈਨ ਯੂ ਸਮੈਲਿੰਗ ਅ ਫਲਾਵਰ ਰਾਈਟ ਇਟਸ ਦੈਟ ਕਾਈਂਡ ਆਫ ਲੌਂਗ ਬ੍ਰੈਥ ਸੋ ਦੇਰ ਇਜ਼ ਡੈਫਨੀ ਦਿਸ ਕਨੈਕਸ਼ਨ ਯੂ ਨੋ ਬਿਟਵੀਨ ਆਰ ਬ੍ਰੈਥ ਐਂਡ ਇਮੋਸ਼ਨ ਸੋ ਅੰਡਰਸਟੈਂਡਿੰਗ ਦੈਟ ਕਨੈਕਸ਼ਨ ਦੈਨ ਯੂ ਆਰ ਏਬਲ ਟੂ ਦੈਨ ਯੂ ਨੋ ਯੂਜ਼ ਦੈਟ ਬ੍ਰੈਥ ਟੂ ਦੈਨ ਹੈਂਡਲ ਯੂਰ ਇਮੋਸ਼ਨਸ ਰਾਦਰ ਦੈਨ ਯੂ ਨੋ ਯੋਰ ਇਮੋਸ਼ਨਸ ਟੇਕਿੰਗ ਓਵਰ ਯੂ ਰਾਈਟ ਯੂ ਹੈਵ ਅ ਗੁੱਡ ਗ੍ਰਾਸਪ ਓਵਰ ਇਟ ਐਂਡ ਦੈਨ ਵਿਦ ਪ੍ਰੈਕਟਿਸ ਆ ਜਾਂਦਾ ਜੀ ਕਿਸ ਤਰ੍ਹਾਂ ਹੁੰਦਾ बेसिकली तो साधना है यू नो साधना की सिंपल डेफिनेशन धन जरा साथ चलता है सो दिस इज द ओनली वेल्थ दैट यू विल कैरी बाकी सारा कुछ छड़ के जाना सो इट्स ए प्रैक्टिस तो यस वी गिव सर्टन टैक्नीक्स बट दैट्स नॉट द एंड ऑफ इट यू नो मोस्ट ऑफ द ऑर्गेनाइजेशन जपने होंगे ने एक टैक्नीक सिखा के बट वी कंटिन्यू ऑन योर पाथ यू नो क्योंकि योगा सीख के तो घर जाके तुसी कुछ भी कर सकते हो पर असी एक यहोजा एटमोसफेयर बना दें कि भी वो तुसी साधना भी करो चाहे सत्संग है तुसी कुछ सेवा करनी है सो इट्स ए कंप्लीट पैकेज सो टू स्पीक यू नो सो देयर आर मेनी थिंग्स टू लर्न ਜਿੱਦਾਂ ਆਪਾਂ ਸਾਡਾ ਅੱਜ ਦਾ ਟੋਪਿਕ ਸੀਗਾ ਕਿ ਵੀ ਲਵ ਕੰਪੈਸ਼ਨ ਐਂਡ ਸਪਿਰਚੁਅਲਿਟੀ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਜਦੋਂ ਤੁਸੀਂ ਥੋੜ੍ਹਾ ਥੋੜ੍ਹਾ ਆਪਣੇ ਅੰਦਰ ਬਲੋਜ਼ਮਿੰਗ ਦੇਖਦੇ ਹੋ ਤਾਂ ਯੂ ਵਾਂਟ ਟੂ ਕੰਟੀਨਿਊ ਯੂ ਵਾਂਟ ਟੂ ਡੂ ਮੋਰ ਐਂਡ ਮੋਰ ਸੋ ਇਸ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਇਸ ਔਰਗਨਾਈਜੇਸ਼ਨ ਦੇ ਵਿੱਚ ਜਿੰਨੀਆਂ ਵੀ ਮਤਲਬ ਪ੍ਰੋਗਰਾਮਸ ਬਣੇ ਹੋਏ ਨੇ ਉਹ ਇਸ ਕਰਕੇ ਵੀ ਯੂ ਕੈਨ ਦੈਨ ਕੰਟੀਨਿਊ ਮੋਰ ਯੂ ਕੈਨ ਗੋ ਇਨ ਟੂ ਐਡਵਾਂਸਡ ਟੈਕਨੀਕਸ ਸੋ ਦਿਸ ਬ੍ਰੈਥ ਇਜ਼ ਬੇਸਿਕਲੀ ਅ ਸਟਾਰਟ ਓਕੇ ਦਿਸ ਇਜ਼ ਜਸਟ ਅ ਸਟਾਰਟ ਕੁਛ ਟਾਈਮ ਪਹਿਲਾਂ ਕਿਸੇ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਪੁੱਛਿਆ ਸੀਗਾ ਕਿ ਵਾਈ ਇਜ਼ ਇਟ ਸੋ ਵਾਈ ਆਰ ਯੂ ਸੋ ਸਕਸੈਸਫੁਲ 30 ਈਅਰਸ ਦੇ ਵਿੱਚ ਤੁਸੀਂ ਇੱਥੇ ਇੰਨੀ ਜਗ੍ਹਾ 'ਤੇ ਕਿੱਦਾਂ ਪਹੁੰਚ ਗਏ ਵਟ ਇਜ਼ ਯੋਰ ਮੰਤਰਾ ਐਂਡ ਹੀ ਸੈਡ ਵੈਰੀ ਸਿੰਪਲੀ ਕਿ ਯੂ ਸੀ ਵੀ ਸੈਲ ਹੈਪੀਨੈਸ ਠੀਕ ਹੈ ਐਵਰੀਬਾਡੀ ਵਾਂਟਸ ਐਵਰੀਬਾਡੀ ਵਾਂਟਸ ਟੂ ਬੀ ਹੈਪੀ ਐਂਡ ਬੀ ਵੀ ਕਨੈਕਟਡ ਵਿਦ ਯੋਰ ਬ੍ਰੈਥ ਦੈਟ ਯੂ ਆਲਰੇਡੀ ਹੈਵ ਰਾਈਟ ਸੋ ਕੋਈ ਨਵੀਂ ਚੀਜ਼ ਨਹੀਂ ਹੈ ਐਂਡ ਇਟਸ ਵੈਰੀ ਈਜ਼ੀ ਟੂ ਯੂ ਨੋ ਮੈਨੇਜ ਸੋ ਬਟ ਜਾਣਦੇ ਹੋਏ ਕਿ ਵੀ ਬ੍ਰੈਥ ਜਿਹੜੀ ਹੈ ਉਹ ਸਾਡੇ ਕੋਲੋਂ ਜਿਹੜਾ ਸਾਡਾ ਸਭ ਤੋਂ ਪਹਿਲਾ ਐਕਟ ਸੀਗਾ ਲਾਈਫ ਦਾ ਉਹ ਬ੍ਰੀਦ ਇਨ ਸੀਗਾ ਠੀਕ ਔਰ ਲਾਸਟ ਐਕਟ ਜਿਹੜਾ ਹੋਏਗਾ ਉਹ ਬ੍ਰੀਦ ਆਊਟ ਹੋਏਗਾ ਸਾਰੀ ਸਾਡੀ ਪੂਰੀ ਜ਼ਿੰਦਗੀ ਉਹਦੇ ਵਿੱਚ ਰਹਿਣੀ ਹੈ ਇਹ ਜਾਣਦੇ ਹੋਏ ਵੀ ਅਸੀਂ ਇਹਦੇ ਬਾਰੇ ਕੁਛ ਨਹੀਂ ਕਰਦੇ ਰਾਈਟ ਸੋ ਵਟ ਵੀ ਡੂ ਇਜ਼ ਵੀ ਮੇਕ ਯੂ ਅਵੇਅਰ ਆਫ ਸਰਟਨ ਵੇਜ਼ ਐਂਡ ਦੈਨ ਹਾਊ ਟੂ ਵਰਕ ਵਿਦ ਇਟ ਯੂ ਨੋ ਵੀ ਮੇਕ ਯੂ ਅਵੇਅਰ ਦੈਟ ਯੂ ਸਿਟਿੰਗ ਇਨ ਅ ਪਾਈਲ ਆਫ ਗੋਲਡ ਰਾਈਟ ਯੂਜ਼ ਇਟ ਰਾਈਟ ਅੱਛਾ ਕਲਪਨਾ ਜੀ ਇਹ ਦੱਸੋ ਕਿ ਜਿਸ ਤਰ੍ਹਾਂ ਰਵਿੰਦਰ ਜੀ ਨੇ ਗੱਲ ਕੀਤੀ ਕਿ ਐਵਰੀਬਡੀ ਵਾਂਟਸ ਟੂ ਬੀ ਹੈਪੀ ਹਰ ਇੱਕ ਕੋਈ ਖੁਸ਼ ਹੋਣਾ ਚਾਹੁੰਦਾ ਹੈ ਅਤੇ ਬਹੁਤ ਸਾਰੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅੱਜ ਟੈਕਨੋਲੋਜੀਕਲੀ ਦੇਖੋ ਸਾਡੇ ਕੋਲ ਕੀ ਨਹੀਂ ਹੈਗਾ ਆਈ ਥਿੰਕ ਦਿਸ ਇਜ਼ ਦਾ ਬੈਸਟ ਡਿਜੀਟਲ ਏਜ ਜਿਹਦੇ 'ਚ ਕਿ ਅਸੀਂ ਅੱਜ ਜੀ ਰਹੇ ਹਾਂ ਕਿ ਐਟ ਦਾ ਫਿੰਗਰ ਟਿਪਸ ਅਸੀਂ ਦੁਨੀਆ ਨੂੰ ਸਾਰਾ ਬਰਾਊਜ਼ ਕਰ ਲੈਂਦੇ ਹਾਂ ਦੁਨੀਆ 'ਚ ਜੋ ਹੋ ਰਿਹਾ ਸਾਨੂੰ ਪਤਾ ਲੱਗ ਜਾਂਦਾ ਹੈ ਇਕਿਊਮੂਲੇਸ਼ਨਸ ਦੀ ਗੱਲ ਕਰਦੇ ਹਾਂ ਕਿਹੜੀ ਐਸੀ ਚੀਜ਼ ਸਾਡੇ ਕੋਲ ਨਹੀਂ ਹੈਗੀ ਜਿੱਤੇ ਨਾਲ ਅਸੀਂ ਕਹੀਏ ਕਿ ਇਹ ਸਾਨੂੰ ਯੂ ਨੋ ਤੰਗ ਪਰੇਸ਼ਾਨ ਕਰ ਰਹੀ ਹੈਗੀ
पर हम सवाल ये है कि ये सारी चीज़ा होने के बावजूद अज इंसान खुश क्यों नहीं है, वट हैज़ हैपन्ड, वो खुशी कितने गई, कितने कितने अलोप थोड़ा हो गई है, तो इतने ही है पर क्यों नहीं असं समझ सकते। साढ़े बुजुर्गों को शायद बहुता कुछ नहीं सी पर वो खुश सन, कंटेंटमेंट होंगी सी, खुशी होंगी सी, एक दूसरे नाल सांझ पाया करते। जिस तरह कैनेडा की असी गल करिए, मेरे को जो इतने आते हैं पुराने बुजुर्ग जो आए उन्होंने गल करिए, कहते जो अभी 60-70s आए थे तो सानू चाह हों कोई आए वो मदद करया करते कि भाई अपने भाईचारे का या अपनी कम्यूनिटी का कोई लोग आए ने, तो हूँ तो यह हो गया कि असी रब की कृपा नाल इन्ने हो गए कि असी सड़कों पर भी जाने एक दूसरे के मूँह असी साइड पर कर लें, असी ईवन वो एक मैंटैलिटी डिवेलप हो रही है। इस संबंध में दसो कि हैप्पीनैस क्यों अलोप हो रही है तो किमें वापस आ सकती है? I think one thing is that what has happened is we're looking for happiness in things around okay. us. Jee. You know, as if happiness is something that is outside of us okay. and is in a certain object or mm-hmm. a certain material thing that, you know, we wish to gain in the, you know, technology or whatever it is. Mm-hmm. And I think that is one thing that has changed where mm-hmm. we're looking outside to the outside world to give us that happiness. Right. Like, you know, like we are on this pursuit mm-hmm. of happiness. When right. happiness, just like our breath, is mm-hmm. something that we already have. Jee. But the reason I feel we don't experience it mm-hmm. Is because, you know, we are stressed. Okay. And we don't have ways of dealing with that stress. And okay. our minds are cluttered and we have so many responsibilities. Mm-hmm. We feel burdened and all those things. Okay. And but I think once, you know, you have tools mm-hmm. like we are talking about, like sadhana, right. right, about being able to use the breath, doing pranayams mm-hmm. And once that stress goes down, is able to be cleared, then that happiness naturally comes in you. So mm-hmm. whether you have object A or B doesn't matter to you. You are happy because you are happy, right there is no reason mm-hmm. and you have that smile on your face, right? I think no matter what. So Ravi ji, eh dasso ki ki ida matlab eh hoya ki state of that bliss ja happiness jehdi oh sade andar hai te assi us nu labna hai ga eh, lekin labn waste jis tarah assi kya ke sadhna di inna ne gal kiti hai ki वो साधना किवें कर रही है, क्योंकि एक ब्रेथ का एक माध्यम होया कि तुम अवेयर हो गए, बट दैन अगेन वो चीज़ क्योंकि स्थूल है नज़र नहीं आती हैगी, तो हैप्पीनैस जोड़ा कॉन्टैक्सट है उस सू जरूर दसो कि होर की किया जाए जिस न कि असी समझ सकीए कि असी अंदरों खुश रह सकीए, उस भावना असैप्टेंस की जो हो चंगा उसनों विद ग्रैटीट्यूड विद थैंकफुलनैस साढ़े जीवन में आ जाए, ये किमें हो सकती है? इस बारे जानकारी लेने इस छोटी जी ब्रेक तो बाद। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ, ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1-866-790-8984 Business Solutions, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। मुड़ तो स्वागत करते हैं जी अज्ज दे इस प्रोग्राम विच, ते मेरा साथ दे रहे ने रविंदर विरक ते कल्पना मांगड़ जिहड़े कि आर्ट ऑफ लिविंग संस्था नाल जुड़े हुए हैं। हैप्पीनैस, लव ते कंपैशन दे उत्ते असीं जो गल कर रहे हैं कि अज्ज समाज दे विच चीज़ां दुर्लभ होंदियां जा रही हैं, किवें इह चीज़ां नूं असीं बरकरार करना है, ते तद ही शुरू होएगा जिस तरह ने ब्रेक तो पहलां कहा कि अपने तो शुरुआत की जाए। जेकर सानूं अवेयरनैस होए अपने बारे तां डेफिनेटली अंदरों असीं सुखी होवांगे तां किसी होर नूं सुख दे सकने आ। ये हैप्पीनैस दा कॉन्सैप्ट जिहड़ा उस दे बारे होर जानकारी लैने आ, जिस तरह असीं ब्रेक तो पहलां कर रहे सी गल रविंदर विरक तों। जी रविंदर जी। हाँ जी सर, तुम अरप्रीत जी पूछा सी कि भी हैप्पीनैस वास्ते होर की किया जा सकता। सी बीइंग ए साइंस स्टूडेंट अगेन, मैं कई बार गल उदा करदा कि भी जे तुसी किसी भी चीज़ नूं अप्रोच करना है साइंटिफिकली रैशनल, क्योंकि साडा माइंड जिहड़ा उदा दा ही है, रैशनल माइंड है। नाउ ये भी चीज़ बड़ी साइंटिफिक है, बट जिन्ना तुसी इत्थे दिमाग ज़्यादा लगांदे हो कि हैप्पीनैस वास्ते मैं की करा, माइंड तो तुसी अपना माइंड यूज़ कर रहे हो। एंड हैप्पीनैस इज़ ए स्टेट, दैट स्टेट ऑफ माइंड विच कम्स विद lack of effort. ਤੁਸੀਂ ਦੇਖਿਆ ਜਦੋਂ ਤੁਸੀਂ ਖੁਸ਼ ਹੁੰਦੇ ਹੋ ਉਦੋਂ ਕਿਸੇ ਐਫਰਟ ਕਰਕੇ ਤੁਸੀਂ ਖੁਸ਼ ਨਹੀਂ ਹੁੰਦੇ। ਤੁਸੀਂ ਜੇ ਸੋਣਾ ਵੀ ਹੈ, ਜੇ ਤੁਸੀਂ ਨੀਂਦਰ ਤੁਹਾਨੂੰ ਆਉਣੀ ਹੈ, ਐਫਰਟ ਕਰਕੇ ਨਹੀਂ, ਤੁਸੀਂ ਆਪਣੇ ਆਪ ਹੀ ਆ ਜਾਂਦੇ, ਆਪਣੇ ਆਪ ਆ ਜਾਂਦੀ। ਸੋ ਦੈਟ ਸਟੇਟ ਜਿਹੜੀ ਮਤਲਬ ਕਿ ਐਫਰਟਲੈਸਨੈਸ ਨਾਲ ਆਈ ਹੋਵੇ, ਠੀਕ ਹੈ, ਅਗੇਨ ਇਟ ਕਮਸ ਬੈਕ ਟੂ ਸਾਧਨਾ, ਅਤੇ ਚਾਹੇ ਉਹ ਸਾਧ ਤੁਸੀਂ ਪ੍ਰਾਣਾਯਾਮ ਕਰਕੇ ਕਰ ਰਹੇ ਹੋ ਜਾਂ ਜੋ ਟੈਕਨੀਕਸ ਨੇ ਜਾਂ ਮੈਡੀਟੇਸ਼ਨ ਕਰਕੇ ਹੈ। ਮੈਡੀਟੇਸ਼ਨ ਜਿਹੜੀ ਹੈ ਤੁਹਾਨੂੰ ਉਸ ਸਟੇਜ 'ਤੇ ਲੈ ਜਾਂਦੀ ਹੈ ਜਿੱਥੇ ਤੁਸੀਂ ਟੋਟਲੀ ਸਟ੍ਰੈਸ ਫਰੀ ਹੁੰਦੇ ਹੋ, ਠੀਕ ਹੈ। ਨਾ ਸਟ੍ਰੈਸ ਫਰੀ ਜਦੋਂ ਤੁਸੀਂ ਹੋਵੋਗੇ ਤੁਹਾਡੇ ਨੂੰ ਇੱਕ ਸੈਂਸ ਆਫ ਬਿਲੋਂਗਿੰਗਨੈਸ ਵੀ ਆਏਗੀ। ਤੁਸੀਂ ਆਪੇ ਥੋੜ੍ਹੀ ਦੇਰ ਪਹਿਲਾਂ ਕਿਹਾ ਕਿ ਵੀ ਜਿਹੜੇ ਬਜ਼ੁਰਗ ਹੁੰਦੇ ਨੇ ਤੁਸੀਂ ਦੇਖਦੇ ਸੀਗੇ ਕਿ ਬੜੇ ਖੁਸ਼ ਰਹਿੰਦੇ ਸੀਗੇ,
इट्स नॉट कि अज के बुजुर्ग खुश नहीं है, ध्यान नाल देखो अज के बुजुर्ग भी खुश ने. वाई? बिकॉज दे हैव एक्सपीरियंसड ऑल दैट स्ट्रैस और दे हैव हैड एक्सपीरियंसिज इन देयर लाइफ. जो तो बच्चा व्डा हो रहा हों हों कि मैं एक्सपीरियंस कर लाँ एक्सपीरियंस कर लाँ. सो अपने माइंड तो चल रहा हों, बॉडी कॉन्शियसनैस के हों, पर जो सारे अपने एक्सपीरियंस खत्म कर चुकया हों, बुजुर्ग बन चुकया हों, ही इज स्ट्रैस फ्री, ही इज हैप्पी. हाउ टू ब्रिंग दैट हैप्पीनैस वाइल यू आर ग्रोइंग, वाइल यू आर गोइंग थ्रू यू नो द वेज ऑफ द वर्ल्ड, तुम अपनी दुनियादारी के काम काज करते हुए कितना तुम हैप्पीनैस लिया सकते हो, बुजुर्ग वांगू कि रह सकते हो, वो एक साइंस हैगी है, थोड़ा जहां समझना जरूरी है. यू गिव अस सिक्स डेज दिस प्रोग्राम एंड वी विल मेक यू अंडरस्टैंड लिटिल बिट, वी विल पुट यू ऑन द पाथ. अच्छा जो असं कह रहे हैं जी जिन प्रेम की उत्त नहीं प्रभ पाए बाणी चाहता कि जो बंदा प्रेम करता है प्यार करता उही रब नूं पा सकदा है. लव दी भी जिहड़ा बड़ा अज एक शैलो वर्ड हो गया जिहदे विच कि असीं इसनूं एक वर्तकरे नज़रिए नाल देखदे हैगे आ, हर चीज़ कमरशलाइज हो गई, लैन देन विच सीमित हो गई. जो प्यार की गल करते हैं तो प्यार तो हर एक इंसान एक दूसरे नाल होना चाहिए, पर यह भी साढ़े च जड़ा जज्बा है, ये अज असीं देख रहे हैं कि हौली हौली ये थोड़ा जिहा घटदा जा रहा है. अगेन असीं जदों कहने घटदा जा रहा है क्योंकि जो समाज असीं देखते हैं किस तरीके नाल अज इंसीडेंट्स ऑफ क्राइम वध रहे हैं, इंसान नूं इंसान की कदर नहीं हैगी, पैसों पिछे भैन भरा हसबेंड वाइफ तक दी जिहड़ियां गल्लां असीं देख रहे हैं, जो कुछ समाज असीं पढ़ते हैं, एक चिंता का विशा बनिया पई हैगी. ये बारे थोड़ा दसो कि एक ही हो की रहे थे, किस तरह असी वापस अपनी रूट नाल जुड़ सकते हैं. या लाइक यू नो जिस तरह असी हैप्पीनेस की गल करते हैं, लव इज़ ऑलसो समथिंग अगेन दैट इट इज़ इन इन अस, है ना. असी कद कद लव नू लव बारे सोचते हैं, वी थिंक है ना कि यह इमोशन हैगा या, बट इट्स नॉट जस्ट एन इमोशन, ये साड़ी एग्जिस्टेंस हैगी, असी हैगे हैं लव, बट समवेयर वी हैव फॉरगॉटन दैट, जिस तरह तुम कह रहे हैं राइट. एंड सो इट्स अ मैटर ऑफ जस्ट यू नो कमिंग बैक टू दैट एंड अंडरस्टैंडिंग दैट in order to also experience love, sanu love dena panda pehla, right? Just like you know when you share your happiness you get more happiness, right? Jo tusi love share karde fer hi oh love milda ji. And I think in order to share that love, just na ravi keh rahe sige like you know it's about having belongingness, right? Jo assi ek dooje nu apna manange, idan nahi hai ke sirf meri mummy and my family, you know my house, meri car, bas main itthe tak hi rehna, meri duniya de vich main bas ehi cheezan di care karni ha. We have to step outside of that and think, you know, this community is my, a society meri hai, this world is mine. Then, you know, you will feel that, haan, mainu bhi kuch karna chahida, agle di help karni chahidi, madad karni chahidi, saare nu pyar karna chahida. स्पिरिचुअलिटी की जो असं गल करते हैं जी, अगेन स्पिरिचुअलिटी असं कन्फाइन करता, कंपार्टमेंटलाइज कर दिता कि शायद कुछ समा असं अखा मीट के बैठ गए तो कुछ साधना कर ली या कुछ कर लिया तो कन्फाइंड, उस तो बाद असी ज्यों रियल लाइफ आइए, फ्रॉम रियल लाइफ टू रियल लाइफ, वो असी जो मर्जी करिए, ठगी ठोरी करिए, जो मर्जी हेरा फेरी करिए, गलत बोलीए, झूठ बोलीए, लेकिन साडा जिहड़ा माइंड सैट है वो तब्दील नहीं हुंदा हैगा. थोड़ा जिहा इहदे बारे थोड़ा दसो कि स्पिरिचुअलिटी नूं जो असी डिफाइन करते हैं जिस तरह अज असी लै रहे हैं कि ये मतलब है स्पिरिचुअलिटी का. स्पिरिचुअलिटी का तुसी मतलब किसी भी तरीके से लगा सकते हो. बेसिकली तो एवरीबॉडी हैज स्पिरिट, राइट? सो एवरीबॉडी इज इन स्पिरिचुअलिटी, राइट? वेदर यू आर अवेयर ऑफ इट और यू आर नॉट, टेक्निकली यू आर इन स्पिरिचुअलिटी. जिन्ना ज़्यादा तुहाडे अंदर अवेयरनैस वधदी जाती है उन्ना तुसी उस चीज़ को ज़्यादा एक्सपीरियंस करते हो, ब्लॉसम ज़्यादा करते हो. नाउ स्पिरिचुअलिटी आल्सो मीन्स यू आर पॉजिटिव, right? Spirituality also means you are doing seva for so many people. Spirituality also means that you know tu jo bhi kaam karde ho 100% commitment nal karde ho, genuineness in you. Spirituality is not something ki tu unnu define is tarike se karo ki jehda banda sadhu sant ban ke kar raha hai, right? Ya jehda apne unnu total aloof rakh ke kar raha hai, kinne hi sadhu sanne jo aloof hunde ne unnu society de vich ek minute waste pa do te oh you know they look like clowns, right? इस दुनिया के रह के किदा तुसी मतलब अपने आप नू सच्चा बना के रह सकते हो, इन माई डेफिनेशन दैट स्पिरिचुअलिटी. हुण तुसी जिदा थोड़ी देर पहला गल कर रहे सीगे प्यार दी, कि प्यार जिदा भी क्यों इतों गायब हो गया लाइफ दे लोकां दी लाइफ दे विचों. आई टेल यू अबाउट माई परसनल एक्सपीरियंस अबाउट लव. मैं अपने दिमाग च बहुत ज़्यादा रहिंदा हुंदा सीगा, अज दा यूथ जिहड़ा वी ज़्यादातर इदां ही, अज ते यू नो पीपल आर ऑलमोस्ट लिविंग वर्चुअली विद एडीडी, हर वक्त तुहाडे कोल कुछ ना कुछ हुंदा. सो मेरा भी कुछ उदां दा ही सीगा. आई वॉज ब्लैस्ड विद अ चाइल्ड, माई फर्स्ट चाइल्ड जिहड़ा मेरा पहला जदों बेटा होया, तो मैं उदों पहली बारी मतलब रियल प्यार अपने अंदर देखिया. मैं रोज़ सवेरे काम ते जाना, शाम नूं घर भजना कि मैं जाके अपने बेटे नूं चक्कां, उन्हूं प्यार करा.
सो समवेयर मैं उन्होंने एक्सपीरियंस उस तरीके से पहली बार किया जो प्यार, हालांकि प्यार मैं ब्रदर सिस्टर भी करता पेरेंट्स में, बट दैन आई सॉ कि भी थोड़े टाइम बाद वो जड़ा ना हौली हौली जो बच्चा व्डा होंगे गया तो प्यार जरा कितने कितने मायने चेंज हो गए. दैन आई रियलाइज एंड बाद फिर ज्यों ज्यों मैं स्पिरिचुअलिटी के ज़्यादा देखा कि असी की करते हैं कि असी प्यार जरा किसी क्वालिटी एट्रीब्यूट कर देने कि भी जो अच्छा है तो मेरा है तो मेरा प्यार है, जिदने बुरा होएगा उधर मैं छोड़ देना. राइट, सो मूविंग अवे फ्रॉम दैट कॉन्सैप्ट एंड फाइंडिंग दैट अफेक्शन फॉर योर सैल्फ विद इन अपने आप जिदा शुरू किया अपने आप प्यार नहीं होगा तो कि किसी ना बनो वो चीज आती है अगेन स्ट्रेस फ्री माइंड. खत्म होती है अंदरों शांत है. हाँ अंदरों शांत है उस सेंस ऑफ बिलोंगिंग थोड़ा सा फिर वादा चला जाता है. फिर तुम सड़क के उत्ते बाहर किसी जाते हुए बंद भी हाथ मिला के पुछोगे हाउ आर यू, क्योंकि अंदर स्ट्रेस नहीं है. यू बिकम वेरी नैचुरल. राइट, और वो जो नहीं है तो घर जो बच्चा भी थोड़ा रो पेगा तो भी गुस्सा आ जाएगा. सो हम जिस तरह की ज्यादातर यंगस्टर्स यस प्लस कोर्स है यंगस्टर्स के जो चैलेंजेस ने इशूज ने अज जिस तरह रवि जी ने भी जिक्र किया कि अच्छा टेक्नोलॉजी के युग में वी सो मच इंग्रॉस्ड इन इट कि सानू पता ही नहीं आले दुआले हो की रहे अपनी ही एक वक्री ही दुनिया क्रिएट कर ली. नो डाउट जनरेशन गैप तो हमेशा ही होया हुंदा रहेगा, लेकिन अज की जी जनरेशन फास्ट पेस जनरेशन है वह एक अपना ही एक वक्रा ही नजरिया बनता जा रहा है. तो एवरीबडी वॉन्ट्स टू सक्सीड विदाउट थिंकिंग अबाउट एट वॉट कॉस्ट. सक्सैस इज द डेफिनेशन वो मीनस अज भूल रहे हैं, एंड इज वॉट वी आर फोकसिंग ऑन. वो बारे थोड़ा दसो कि यूथ अज की यहोजी सोच चल रही है तो किमें जो आर्ट ऑफ लिविंग कोर्सिज ने इन्हों का बेनीफिट ले सकते हैं फॉर यूथ. राइट जी, yeah, I think some of the things that youth are dealing with is, you know, that's very specific to them is like relationships. And kis tarah handle karne ne, how to make a good decisions in their life, what career to choose, and how to study better, and or to, you know, get those good grades and pass and all of that, right? Or kis tarah, you know, different responsibilities manage karne ne. So youth, I think nowadays do face a lot of stress. Even at a very young age, I think even from like elementary school age, high school, all pressure the way through. Few pressure bad kya kafi, you know, children are involved in many different types of activities. Right, so ona waste ki tusi suggestion doge ki karan di lod hai ohna nu. I think like what our programs offer is for, you know, students to have a chance to learn these techniques so that they can make good decisions in their life, they can have more focus and concentration, that they can do well in their studies. Because hunda ya ke assi jo school janne ha, the focus is mainly on academics, right? Math, science, language arts wagera. But often we don't learn those, you know, just soft skills kehne assi. How to actually be a good citizen, how to, you know, love people, care for them, how to handle your stress. Maybe, I mean, you briefly talk about it in school, but you don't really learn how to really implement that in your life. Because, I mean, you can have a degree, but after that, when you go out in the real world, kis tarah handle karunge sara kuch, pressure kis tarah handle karunge. Oh, cheezan de bare e courses de vich discussion hundi hai te unhanu guidelines dittiyan jandi ki tusi is tarah is tarah safal ho sakde. Main haan ji ji, main ide vich thoda ja add karanga jidda ki youth da matlab assi gal youth di kar rahe ha. I will share my personal experience ki mere vaste aaj to 10 saal pehla idda studio de vich baith ke kisi naal idda gal karna was next to impossible. Right, जिहड़ी बंदे दी डिवेलपमेंट इहो जिहे प्रोग्राम्स नाल हुंदी है वो अंदरों मतलब इन्नी ओवरऑल हुंदी है कि तुहाडे अंदर की छुपिया होया ये नहीं पता लगदा, वो बाहर निकलदा है. मतलब पावर तुहाडी स्ट्रांग हो जांदी है, मतलब शाइनेस चली जाना, तुहाडी कम्युनिकेशन इंप्रूव होना, फोकस इन्ना ज्यादा हो जाना, यू बिकम वेरी नैचुरल. जिदा बच्चे नैचुरल हुंदे ने, यू नो, उहनां नूं कदी किसी होर दी जो मर्जी कवा लो जिदा. सो दैट्स व्हाट दैट काइंड ऑफ ब्लॉसमिंग इज पॉसिबल विद दिस. वंडरफुल जी, इट वाज अ प्लेजर टॉकिंग टू यू. गल्लां तां होर बहुत करनियां पर समां नहीं आ गया दे रहा. ਇਹ ਜਿਹੜੇ ਇਸ਼ੂਜ਼ ਨੂੰ ਟੱਚ ਕੀਤਾ ਹੈਗਾ ਕਿ ਯਕੀਨਨ ਤੌਰ ਤੇ ਕਿ ਅੰਦਰੋਂ ਬੰਦਾ ਇਨਸਾਨ ਖੁਸ਼ ਰਵੇ ਤਾਂ ਡੈਫੀਨਿਟਲੀ ਬਾਹਰਲੀ ਦੁਨੀਆ ਵੀ ਚੰਗੀ ਹੀ ਲੱਗਦੀ ਹੈ. ਕਹਿੰਦੇ ਨੇ ਜੀ ਕਿ ਜੋ ਪਿੰਡੇ ਸੋ ਬ੍ਰਹਮੰਡੇ, ਜੋ ਅੰਦਰ ਹੈ ਉਹੀ ਬਾਹਰ ਨਜ਼ਰ ਆਉਂਦਾ ਹੈ. ਇਟਸ ਦ ਲੈਂਸਿਸ ਵਿਚ ਯੂ ਵੇਅਰ ਵਿਚ ਵਿਦ ਵਾਟ ਵੀ ਸੀ ਆਊਟਸਾਈਡ ਆਲਸੋ. ਸੋ ਡੈਫੀਨਿਟਲੀ ਇਟਸ ਅ ਗ੍ਰੇਟ ਪਲੇਜਰ ਟਾਕਿੰਗ ਟੂ ਯੂ. ਥੈਂਕ ਯੂ ਵੈਰੀ ਮਚ ਫॉर ਟਾਈਮ. ਥੈਂਕ ਯੂ ਫॉर ਹੈਵਿੰਗ ਅਸ. ਸੋ ਅੱਜ ਜੋ ਅਸੀਂ ਗੱਲਬਾਤ ਕੀਤੀ ਜੀ ਆਰਟ ਆਫ ਲਿਵਿੰਗ ਤੋਂ ਆਏ ਹੋ ਸਾਡੇ ਮਹਿਮਾਨ ਨੇ ਰਵਿੰਦਰ ਵਿਰਕ ਤੇ ਕਲਪਨਾ ਮਾਂਗਟ ਨੇ ਕਿਹਾ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਪਿਰਚੁਅਲਿਟੀ ਦੀ ਗੱਲ ਕਰਦੇ ਹਾਂ ਤਾਂ ਉਸ ਨਾਲ ਇਸ ਸਪਿਰਚੁਅਲਿਟੀ ਨੂੰ ਸਿਰਫ ਕਨਫਾਈਨ ਨਹੀਂ ਕਰ ਸਕਦੇ, ਇਹ ਝਲਕਣੀ ਚਾਹੀਦੀ ਹੈ ਸਾਡੀ ਸ਼ਖਸੀਅਤ ਵਿੱਚੋਂ, ਸਾਡੇ ਕਰੈਕਟਰ ਵਿੱਚੋਂ, ਸਾਡੇ ਬੋਲਚਾਲ ਚੋਂ, ਅਤੇ ਇਹ ਤਦ ਹੀ ਪੋਸੀਬਲ ਜੇਕਰ ਅਸੀਂ ਆਪਣੇ ਆਪ ਨੂੰ ਅੰਦਰੋਂ ਸ਼ਾਂਤ ਕਰੀਏ. ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ. ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ harpreetsingshow@gmail.com.
इन्हों प्रोग्राम्स तुम youtube.com/harpreet singh show से भी जाके दोबारा देख सकते हो। प्रोग्राम दे विच जिथे तुसी साडा सहयोग देंदे हो उस विच तुहाडे धन्नवाद ही जिहड़े स्पॉन्सर ते एडवर्टाइजर ने ते नाल ही बेनती करदे हां कि इस प्रोग्राम नूं अगे चलाउण वास्ते साडा सहयोग जरूर दो क्योंकि इह उत्तरी अमरीका दा कल्ला प्रोग्राम है जिस विच के हर रोज़ तुहाडे घरां विच आ के असीं स्पिरिचुअलिटी बारे डिस्कशन करदे हां। सो कोई भी इनफॉर्मेशन लैनी हो तो साडे नाल संपर्क कर सकते हो। लैणा आ गया फिर मुलाकात करांगे, तद तक गुड बाय।